पहला तो वीडियो देख रहे सारे दर्शकों का बहुत बहुत स्वागत है। दोस्तों आज दी इस वीडियो दे विच तुहानू असी अमर सिंह चमकीले दी मौत दे पिछे तीन वड्डे कारण बारे दसन जा रहे हैं। जी हाँ दोस्तों, अमर सिंह चमकीला जो कि अपने समय दे एक लैजेंड सिंगर होया करदे सी ते अज भी उन्हां दा नाम कायम है। दस दिए कि चमकीले दी मौत दे पिछे तीन वड्डे कारण सन ते साडी तुहाडे अगे इह गुजारिश है कि वीडियो नूं अंत तक जरूर देखा जाए तां जो तुहानू चमकीले दी मौत दे तीन वड्डे कारण बारे पता चल सके। ते वीडियो शुरू करन तो पहला जिहड़े स्रोते साडे चैनल ते नवे ने साडे चैनल नूं सबसक्राइब जरूर कर दिओ ते नाल लगे बैल दे आइकन ते क्लिक करना ना भुलना तां जो साडी हरेक वीडियो दा नोटिफिकेशन ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਚਮਕੀਲੇ ਦੀ ਮੌਤ ਪਿੰਡ ਮਹਿਸਮਪੁਰ ਵਿਖੇ ਹੋਈ ਜਿੱਥੇ ਕਿ ਉਹ ਲਾਈਵ ਗਾ ਰਹੇ ਸੀ। ਜੀ ਹਾਂ ਦੋਸਤੋ, ਉਹ ਦਿਨ ਸੀ 8 ਮਾਰਚ 1988 ਦਾ ਜਦੋਂ ਚਮਕੀਲਾ ਤੇ ਉਸਦੀ ਵਾਈਫ ਅਮਰਜੋਤ ਕੌਰ ਦੋਨੋਂ ਲਾਈਵ ਸਟੇਜ ਉੱਤੇ ਗਾ ਰਹੇ ਸੀ ਤੇ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਤੇ ਮੌਕੇ ਤੇ ਹੀ ਅਮਰ ਸਿੰਘ ਚਮਕੀਲੇ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਉਹਨਾਂ ਦੀ ਮੌਤ ਦੇ ਪਿੱਛੇ ਉਹਨਾਂ ਦੀ ਵਾਈਫ ਵੀ ਇੱਕ ਵੱਡਾ ਕਾਰਨ ਸੀ। ਜੀ ਹਾਂ ਦੋਸਤੋ, ਦੱਸ ਦਈਏ ਕਿ ਅਮਰਜੋਤ ਕੌਰ ਦੇ ਪੇਕੇ ਜੋ ਕਿ ਬਿਲਕੁਲ ਵੀ ਇਹ ਪਸੰਦ ਨਹੀਂ ਕਰਦੇ ਸੀ ਕਿ ਉਹਨਾਂ ਦੀ ਧੀ ਚਮਕੀਲੇ ਦੇ ਨਾਲ ਲਾਈਵ ਸਟੇਜਾਂ ਦੇ ਉੱਤੇ ਨੱਚੇ ਅਤੇ ਗਾਵੇ ਤੇ ਇਹ ਖਬਰ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਈ ਸੀ ਕਿ ਉਹਨਾਂ ਦੇ ਪੇਕਿਆਂ ਦੇ ਵੱਲੋਂ ਵੀ ਇਹ ਕੰਮ ਕਰਵਾਇਆ ਹੋ ਸਕਦਾ। ਪਰ ਪੁਲਿਸ ਵੱਲੋਂ ਬਹੁਤ ਪੁੱਛ ਪੜਤਾਲ ਦੇ ਮਗਰੋਂ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਤੇ ਚਮਕੀਲੇ ਦੀ ਮੌਤ ਦਾ ਦੂਜਾ ਵੱਡਾ ਕਾਰਨ ਇਹ ਸੀ ਕਿ ਉਸ ਸਮੇਂ ਖਾਲਿਸਤਾਨੀ ਮੂਵਮੈਂਟ ਕਾਫੀ ਜ਼ੋਰ ਫੜ ਰਹੀ ਸੀ ਤੇ ਖਾਲਿਸਤਾਨੀ ਲੋਕ ਚਮਕੀਲੇ ਦੇ ਬਿਲਕੁਲ ਵਿਰੁੱਧ ਸਨ ਤੇ ਉਹਨਾਂ ਦਾ ਕਹਿਣਾ ਸੀ ਕਿ ਚਮਕੀਲੇ ਦੇ ਗੀਤ ਉਸ ਸਮੇਂ ਦੇ ਹਿਸਾਬ ਨਾਲ ਢੁੱਕਵੇਂ ਨਹੀਂ ਹਨ ਤੇ ਉਹਨਾਂ ਦੇ ਗੀਤਾਂ ਨੂੰ ਪਰਿਵਾਰ ਵਿੱਚ ਬੈਠ ਕੇ ਨਹੀਂ ਸੁਣਿਆ ਜਾ ਸਕਦਾ ਤੇ ਉਹਨਾਂ ਵੱਲੋਂ ਵੀ ਚਮਕੀਲੇ ਨੂੰ ਮਰਵਾਉਣਾ ਇੱਕ ਵੱਡੀ ਸਾਜ਼ਿਸ਼ ਹੋ ਸਕਦੀ ਸੀ। ਪਰ ਇਸ ਗੱਲ ਦੀ ਵੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਤੇ ਚਮਕੀਲੇ ਦੀ ਮੌਤ ਦਾ ਤੀਜਾ ਤੇ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉਸ ਸਮੇਂ ਚਮਕੀਲਾ ਇੱਕ ਬਹੁਤ ਹੀ ਲੈਜੈਂਡ ਸਿੰਗਰ ਸਨ। ਇੱਕ ਸਰਵੇ ਤੋਂ ਪਤਾ ਲੱਗਿਆ ਸੀ ਕਿ ਸਾਲ ਦੇ 365 ਦਿਨਾਂ ਦੇ ਵਿੱਚ ਚਮਕੀਲੇ ਦੇ 366 ਪ੍ਰੋਗਰਾਮ ਹੋਇਆ ਕਰਦੇ ਸੀ ਤੇ ਜਿਸ ਤੋਂ ਬਾਕੀ ਸਾਰੇ ਸਿੰਗਰ ਬਹੁਤ ਜੈਲਸ ਮਹਿਸੂਸ ਕਰਦੇ ਸਨ ਤੇ ਹਾਲੇ ਤੱਕ ਵੀ ਇਹ ਕਿਹਾ ਜਾਂਦਾ ਹੈ ਕਿ ਉਸ ਸਮੇਂ ਦੇ ਸਿੰਗਰਾਂ ਦੁਆਰਾ ਵੀ ਚਮਕੀਲੇ ਨੂੰ ਮਰਵਾਉਣਾ ਇੱਕ ਵੱਡੀ ਸਾਜ਼ਿਸ਼ ਸੀ। ਪਰ ਉਸ ਸਮੇਂ ਤੋਂ ਲੈ ਕੇ ਹਾਲੇ ਤੱਕ ਵੀ ਪੁਲਿਸ ਕਿਸੇ ਠੋਸ ਨਤੀਜੇ ਦੇ ਉੱਤੇ ਨਹੀਂ ਪਹੁੰਚ ਸਕੀ ਤੇ ਦੋਸਤੋ ਇਹ ਸਨ ਚਮਕੀਲੇ ਦੀ ਮੌਤ ਦੇ ਪਿੱਛੇ ਤਿੰਨ ਵੱਡੇ ਕਾਰਨ ਤੇ ਜਿਨ੍ਹਾਂ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ। ਤੇ ਦੋਸਤੋ ਚਮਕੀਲਾ ਪੰਜਾਬੀ 'ਮਿਊਜ਼ਿਕ ਇੰਡਸਟਰੀ ਦਾ ਇੱਕ ਅਨਮੋਲ ਹੀਰਾ ਸੀ ਜੋ ਕਿ ਆਪਾਂ ਸਾਰੇ ਗਵਾ ਚੁੱਕੇ ਹਾਂ ਤੇ ਜੇਕਰ ਤੁਸੀਂ ਵੀ ਅਮਰ ਸਿੰਘ ਚਮਕੀਲੇ ਨੂੰ ਪਸੰਦ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਵਾਲਾ ਨਿੱਕਾ ਜਿਹਾ ਕੰਮ ਜ਼ਰੂਰ ਕਰ ਦਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ 'ਚ ਵੀ ਸਪੋਰਟ ਚਮਕੀਲਾ ਜ਼ਰੂਰ ਲਿਖ ਦਿਓ ਤੇ ਹੁਣ ਤੱਕ ਲਈ ਇੰਨਾ ਹੀ। ਜਲਦੀ ਮਿਲਾਂਗੇ ਕਿਸੇ ਨਵੀਂ ਤੇ ਵੱਡੀ ਅਪਡੇਟ ਦੇ ਨਾਲ। ਤਦ ਤੱਕ ਲਈ ਟਾਟਾ ਬਾਏ ਬਾਏ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨਾਲ ਲੱਗੇ ਬੈਲ ਦੇ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਣਾ ਤਾਂ ਜੋ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੀਆਂ ਤੇਜ਼ ਖਬਰਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਧੰਨਵਾਦ।